ਸਤਿ ਸ਼੍ਰੀ ਅਕਾਲ ਜੀ। ਅਕਾਲ ਚੈਨਲ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਇੱਕ ਜ਼ਰੂਰੀ ਜਿਹੜੀ ਜਾਣਕਾਰੀ ਹੈ ਕਿ ਬ੍ਰੇਕਿੰਗ ਨਿਊਜ਼ ਤੁਹਾਡੇ ਵਾਸਤੇ ਲੈ ਕੇ ਆਏ ਹਾਂ। ਲੁਧਿਆਣੇ ਜੇਲ੍ਹ ਦੇ ਵਿੱਚ ਜੋ ਝੜਪਾਂ ਹੋਈਆਂ ਨੇ ਉਹਦੇ ਬਾਰੇ ਤੁਹਾਡੇ ਨਾਲ ਦੱਸਣ ਲਈ ਜਿਹੜੀ ਹੈ ਗੱਲਬਾਤ ਸਾਂਝੀ ਕਰਨ ਲਈ ਅੱਜ ਲਾਈਵ ਹੋਏ ਹਾਂ। ਖਾਸ ਤੌਰ ਦੇ ਉੱਤੇ ਪੰਜਾਬ ਦੀ ਗੱਲ ਕਰੀਏ ਤਾਂ ਦਿਨੋ ਦਿਨ ਪੰਜਾਬ ਦੇ ਹਾਲਾਤ ਜਿਹੜੇ ਆ, ਚਾਹੇ ਬਾਹਰ ਦੀ ਗੱਲ ਹੋਵੇ ਜਾਂ ਜੇਲ੍ਹਾਂ ਦੀ ਗੱਲ ਹੋਵੇ, ਵਿਗੜਦੇ ਜਾ ਰਹੇ ਨੇ। ਕਿਉਂਕਿ ਆਪਾਂ ਦੇਖਿਆ ਪਿਛਲੇ ਦਿਨੀ ਵੀ ਜੋ ਘਟਨਾਵਾਂ ਪੰਜਾਬ ਦੇ ਵਿੱਚ ਹੋ ਰਹੀਆਂ, ਦਿਨੋ ਦਿਨ ਕਤਲ ਹੋ ਰਹੇ ਨੇ, ਪਰ ਅੱਜ ਜਿਹੜੀ ਸਭ ਤੋਂ ਵੱਡੀ ਖਬਰ ਸਾਡੇ ਕੋਲ ਪਹੁੰਚ ਰਹੀ ਹੈ, ਲੁਧਿਆਣਾ ਜੇਲ੍ਹ ਦੇ ਵਿੱਚ ਐਸਾ ਕਲੈਸ਼ ਹੋਇਆ, ਭਗਦੜ ਮਚੀ, ਉਸ ਤੋਂ ਬਾਅਦ ਇੱਟਾਂ ਰੋੜਿਆਂ 'ਤੇ ਗੱਲ ਆ ਗਈ। ਇੱਟਾਂ ਰੋੜਿਆਂ ਤੋਂ ਬਾਅਦ ਵੀ ਜਿਹੜੀ ਗੱਲ ਅੱਗੇ ਵੱਧਦੀ ਨਜ਼ਰ ਆਈ ਜਦੋਂ ਪੁਲਿਸ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ। ਆਮ ਮੇਨ ਸਟ੍ਰੀਮ ਜਿਹੜਾ ਮੀਡੀਆ ਹੈਗਾ ਇਸ ਵੇਲੇ ਦੱਸ ਰਿਹਾ ਕਿ ਦੋ ਗਰੁੱਪਾਂ ਦੇ ਵਿੱਚ, ਯਾਨੀ ਕਿ ਕੈਦੀਆਂ ਦੇ ਦੋ ਗਰੁੱਪਾਂ ਦੇ ਵਿੱਚ ਜੋ ਝੜਪ ਹੋਈ ਹੈ, ਇਹ ਖੂਨੀ ਝੜਪ ਜਿਹਦੇ ਵਿੱਚ ਦੋ ਕੈਦੀਆਂ ਦੀ ਮੌਤ ਹੋ ਗਈ। ਪਰ ਜੇ ਆਪਾਂ ਆਮ ਦੇਖੀਏ ਕਿ ਪੰਜਾਬ ਦੇ ਜਿਹੜੇ ਨੌਜਵਾਨ ਪੱਤਰਕਾਰ ਹੈ ਉਹ ਫੇਸਬੁੱਕ ਦੇ ਉੱਤੇ ਲਾਈਵ ਹੋ ਕੇ ਇਹ ਹਵਾਲੇ ਦੇ ਰਹੇ ਨੇ, ਉਹਦੇ ਵਿੱਚੋਂ ਮਿੰਟੂ ਗੁਰਸਰੀਆ ਵੀ ਆ ਜਾਂਦੇ ਨੇ, ਬਗੀਚਾ ਸਿੰਘ ਰੱਤਾ ਖੇੜਾ ਵੀ ਆ ਜਾਂਦੇ ਨੇ, ਜਿਨ੍ਹਾਂ ਨੇ ਆਪਣੇ ਫੇਸਬੁੱਕ ਦੇ ਉੱਤੇ ਇਹ ਪੋਸਟ ਲਿਖੀ ਹੈ ਕਿ ਕੱਲ੍ਹ ਰਾਤੀ, ਯਾਨੀ ਕਿ ਜੋ ਬੀਤੀ ਰਾਤ ਹੈ, ਉਹਦੇ ਵਿੱਚ ਇੱਕ ਕੈਦੀ ਜਿਸਦਾ ਨਾਮ ਸਨੀ ਸੀ, ਉਸਦੀ ਮੌਤ ਹੋ ਜਾਂਦੀ ਹੈ। ਮੌਤ ਦੇ ਕਾਰਨ ਇਹ ਨੇ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਟ੍ਰੀਟਮੈਂਟ ਨਹੀਂ ਦਿੱਤੀ ਗਈ ਉਸ ਕੈਦੀ ਨੂੰ, ਜਿਸ ਕਾਰਨ ਉਹਦੀ ਮੌਤ ਹੋ ਗਈ ਅਤੇ ਬਾਕੀ ਦੇ ਕੈਦੀਆਂ ਦੇ ਵਿੱਚ ਭੜਕਾਹਟ ਮੱਚ ਗਈ। ਜੇਲ੍ਹ ਤੋਂ ਬਾਗੀ ਹੋਣ ਦੀਆਂ ਖਬਰਾਂ ਉਹਨਾਂ ਦੇ ਆ ਰਹੀਆਂ ਕਿ ਉਹ ਜੇਲ੍ਹ ਪ੍ਰਸ਼ਾਸਨ ਤੋਂ ਜਿਹੜੇ ਬਾਗੀ ਹੋਏ ਦਿਖੇ ਸਾਰੇ ਕੈਦੀ, ਅਤੇ ਜਿਨ੍ਹਾਂ ਨੇ ਪੁਲਿਸ ਦੇ ਨਾਲ ਝੜਪਾਂ ਲਈਆਂ ਉਹਦੇ ਵਿੱਚ ਇੱਕ ਦਰਜਨ ਦੇ ਕਰੀਬ ਪੁਲਿਸ ਵਾਲੇ ਵੀ ਜ਼ਖਮੀ ਹੋਏ ਨੇ, ਅਤੇ ਦੋ ਦਰਜਨਾਂ ਦੇ ਕਰੀਬ ਦੱਸਿਆ ਜਾਂਦਾ ਕਿ ਜਿਹੜੇ ਕੈਦੀ ਉਹਦੇ ਵਿੱਚ ਜ਼ਖਮੀ ਹੋ ਗਏ। ਤਿੰਨ ਕੈਦੀਆਂ ਦੇ ਗੋਲੀਆਂ ਲੱਗੀਆਂ ਨੇ, ਦੋ ਦੀ ਵਿੱਚੋਂ ਮੌਤ ਹੋ ਗਈ ਹੈ, ਤੀਸਰਾ ਵੀ ਜ਼ਖਮੀ ਹੈ। ਸੋ ਐਸੀਆਂ ਜਿਹੜੀਆਂ ਘਟਨਾਵਾਂ ਦੇਖੀਆਂ ਜਾ ਰਹੀਆਂ, ਐਸੀਆਂ ਵੀਡੀਓਜ਼ ਜਿਹੜੀਆਂ ਆ ਰਹੀਆਂ ਇਸ ਵੇਲੇ ਸਾਡੇ ਕੋਲ ਸੋਸ਼ਲ ਮੀਡੀਆ ਦੇ ਉੱਤੇ, ਇੱਕ ਇੱਥੇ ਵੱਡਾ ਸਵਾਲ ਇਹ ਵੀ ਖੜ੍ਹਾ ਹੋ ਜਾਂਦਾ ਕਿ ਮੋਬਾਈਲ ਫੋਨ ਕੈਦੀਆਂ ਦੇ ਕੋਲ ਕਿਵੇਂ ਗਏ, ਕਿਉਂਕਿ ਉਹ ਲਾਈਵ ਹੋ ਕੇ ਆਪਣੀ ਜਿਹੜੀ ਹੈ ਗੱਲਬਾਤ ਸਾਰੀ ਦੱਸ ਰਹੇ ਨੇ। ਪਰ ਜੇ ਕੈਦੀਆਂ ਦੀ ਵੀ ਸੁਣੀ ਜਾਵੇ ਤਾਂ ਉਹ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਜਿਹੜੇ ਦੋਸ਼ ਲਾ ਰਹੇ ਆ ਕਿ ਸਾਡੇ ਨਾਲ ਜਿਹੜਾ ਬਹੁਤ ਮਾੜਾ ਟ੍ਰੀਟ ਕੀਤਾ ਜਾਂਦਾ, ਇਹ ਕੈਦੀ ਕਹਿ ਰਹੇ, ਅਸੀਂ ਨਹੀਂ ਕਹਿ ਰਹੇ ਕਿ ਕੋਈ ਵੀ ਇਲਾਜ ਨਹੀਂ ਹੈਗਾ, ਜਦੋਂ ਅਸੀਂ ਉਹਦਾ ਵਿਰੋਧਤਾ ਕਰਦੇ ਹਾਂ ਤਾਂ ਸਾਡੇ ਉੱਤੇ ਡੰਡੇ ਭਰਾਏ ਜਾਂਦੇ ਨੇ, ਗੋਲੀਆਂ ਭਰਾਈਆਂ ਜਾਂਦੀਆਂ, ਐਸੇ ਇਲਜ਼ਾਮ ਇਸ ਵੇਲੇ ਪੰਜਾਬ ਪੁਲਿਸ ਦੇ ਉੱਤੇ ਵੀ ਲੱਗ ਰਹੇ ਨੇ। ਸੁਖੀ ਰੰਧਾਵਾ ਜੋ ਕਿ ਜੇਲ੍ਹ ਮੰਤਰੀ ਨੇ, ਬਾਰ ਬਾਰ ਉਹ ਭਾਸ਼ਣ ਤਾਂ ਦੇ ਦਿੰਦੇ ਨੇ, ਵੱਡੇ ਵੱਡੇ ਬਿਆਨ ਉਹ ਦਿੰਦੇ ਨੇ, ਹੁਣ ਘੰਟਾ ਕੁ ਪਹਿਲਾਂ ਮੀਡੀਆ ਦੇ ਨਾਲ ਉਹਨਾਂ ਦੀ ਜਦੋਂ ਗੱਲ ਹੋਈ ਹੈ, ਮੀਡੀਆ ਨੇ ਉਹਨਾਂ ਨੂੰ ਪੁੱਛਣਾ ਚਾਹਿਆ ਕਿ ਜੇਲ੍ਹ ਦੇ ਵਿੱਚ ਜੋ ਲੁਧਿਆਣਾ ਜੇਲ੍ਹ ਦੇ ਵਿੱਚ ਜਿਹੜਾ ਕਲੈਸ਼ ਹੋਇਆ ਉਹਦੇ ਬਾਰੇ ਕੀ ਕਹੋਗੇ, ਉਹਨਾਂ ਨੇ ਜਿਹੜਾ ਹੈਰਾਨੀਜਨਕ ਜਵਾਬ ਦਿੱਤਾ ਕਿ ਮੇਰੇ ਕੋਲ ਇਸ ਦੀ ਕੋਈ ਵੀ ਖਬਰ ਨਹੀਂ ਹੈ। ਜਦਕਿ ਦੂਸਰੇ ਪਾਸੇ ਆਪਾਂ ਦੇਖਦੇ ਹਾਂ ਤਾਂ ਪੰਜਾਬ ਪੁਲਿਸ ਦੇ ਜਵਾਨ ਗੋਲੀਆਂ ਚਲਾ ਰਹੇ ਨੇ, ਜਾਂ ਆਪਾਂ ਇਹ ਕਹਿ ਸਕਦੇ ਕਿ ਜੇਲ੍ਹ ਦੇ ਵਿੱਚ ਗੋਲੀਆਂ ਦੀ ਆਵਾਜ਼ ਆ ਰਹੀ ਹੈ, ਹੋ ਸਕਦਾ ਉਹ ਜਿਹੜੀਆਂ ਗੋਲੀਆਂ ਨੇ ਉਹ ਕੈਦੀ ਵੀ ਚਲਾ ਰਹੇ ਹੋਣ, ਉਹਨਾਂ ਤੱਕ ਵੀ ਪਸਤੌਲ ਜਿਹੜੇ ਹੈਗੇ ਆ ਉਹ ਪਹੁੰਚ ਗਏ ਹੋਣ। ਪਰ ਇੱਥੇ ਵੀ ਇੱਕ ਵੱਡਾ ਸਵਾਲ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਆ ਜਾਂਦਾ ਹੈ, ਜੇਕਰ ਕੈਦੀਆਂ ਵੱਲੋਂ ਗੋਲੀ ਚਲਾਈ ਗਈ ਹੈ ਤਾਂ ਪਸਤੌਲ ਹਥਿਆਰ ਜਿਹੜਾ ਜੇਲ੍ਹ ਦੇ ਵਿੱਚ ਕਿਵੇਂ ਪਹੁੰਚਿਆ, ਅਤੇ ਜੇ ਪੁਲਿਸ ਵਾਲੇ ਗੋਲੀ ਚਲਾ ਰਹੇ ਨੇ ਤਾਂ ਇੱਥੋਂ ਤੱਕ ਨੌਬਤ ਕਿਉਂ ਆਈ ਹੈ? ਅੱਜ ਵੱਡਾ ਸਵਾਲ ਇੱਕ ਵਾਰ ਫਿਰ ਪੰਜਾਬ ਦੀ ਜਿਹੜੀ ਹੈ ਸਿਸਟਮ, ਜਾਂ ਆਪਾਂ ਕਹਿ ਲਈਏ ਕੈਪਟਨ ਸਰਕਾਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਜੋ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਹੈ, ਆਓ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਉਸ ਤੋਂ ਬਾਅਦ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ।
ਯੂਟਿਊਬ ਤੇ ਪੈਣਾ ਚਾਹੀਦਾ ਸ਼ਰੇਆਮ ਧੱਕਾ, ਪਹਿਲਾਂ ਤਾਂ ਜੀ ਡੰਡੇ ਮਾਰ ਮਾਰ ਕੇ ਬੰਦੇ ਮਾਰ ਦਿੰਦੇ ਨੇ, ਮੁੜ ਕੇ ਜੇ ਕੁਛ ਕਹੀਏ ਉਪਰੋਂ ਗੋਲੀਆਂ ਚਲਾਉਂਦੀਆਂ, ਤਿੰਨ ਭਰਾਵਾਂ ਸਾਡੇ ਗੋਲੀਆਂ ਵੱਜੀਆਂ ਅੱਜ। ਇਹ ਮੀਡੀਆ ਤਾਂ ਗੱਲ ਜਾਣੀ ਚਾਹੀਦੀ, ਸਭ ਤੋਂ ਗੰਦਾ ਬੰਦਾ ਧਾਰੀਵਾਲ, ਲੱਖ ਲੱਖ ਰੁਪਿਆ ਲੈ ਕੇ ਗਿਣਤੀ ਪਾਉਂਦਾ, ਲੱਖ ਰੁਪਿਆ ਲੈ ਕੇ ਪੱਗ ਲਾ ਲਿਆ ਧਾਲੀਵਾਲ ਨੂੰ। ਦੇਖੋ ਬੰਦਾ ਗੋਲੀਆਂ ਮਾਰਿਆ, ਦੇਖੋ ਕੰਧ ਤੇ ਆਊਗਾ ਗੋਲੀਆਂ ਮਾਰਨ, ਉਹ ਬੰਦਾ ਗੋਲੀ ਦੋ ਬੰਦੇ ਨੇ ਗੋਲੀਆਂ ਵੀ ਮਾਰੀਆਂ ਨੇ, ਜੇਲ ਦੇ ਵਿੱਚ ਲਾਈਵ ਹੋ ਰਿਹਾ ਕਿੱਦਾਂ ਸਾਡੇ ਮੁੰਡੇ ਮਾਰੇ ਨੇ। ਦੋ ਗੋਲੀਆਂ ਮਾਰ ਕੇ ਬੰਦੇ ਮਾਰਦੇ, ਸਿੱਧੀਆਂ ਗੋਲੀਆਂ ਗੋਲੀਆਂ ਚਲਾਈ, ਆਹ ਦੇਖੋ ਬੰਦਾ ਸਾਡਾ ਪੁੱਤਾ ਜ਼ਖਮੀ ਕਰਤਾ ਗੋਲੀਆਂ ਮਾਰ ਮਾਰ ਕੇ ਪ੍ਰਸ਼ਾਸਨ ਆ ਜੇ। ਸੋ ਤੁਸੀਂ ਦੇਖਿਆ ਜੀ ਉਹ ਵੀਡੀਓ ਤਸਵੀਰਾਂ ਜਿਹੜੀਆਂ ਸਾਡੇ ਕੋਲ ਲਾਈਵ ਜਿਹੜੀ ਹੈ ਲੁਧਿਆਣਾ ਦੀ ਜੇਲ੍ਹ ਦੇ ਵਿੱਚੋਂ ਜੋ ਸਾਡੇ ਤੱਕ ਪਹੁੰਚੀ ਹੈ, ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਹਦੇ ਵਿੱਚ ਜੋ ਆਪਾਂ ਗੱਲਾਂ ਸੁਣਦੇ ਹਾਂ, ਜੇ ਆਪਾਂ ਕੈਦੀਆਂ ਦੇ ਮੂੰਹੋਂ ਜੋ ਉਹ ਕਹਿ ਰਹੇ ਨੇ ਤੇ ਉਹਦੇ ਵਿੱਚ ਸਿੱਧਾ ਸਾਦਾ ਜਿਹੜਾ ਕਸੂਰ ਉਹ ਕੱਢਣਾ ਚਾਹੁੰਦੇ ਨੇ ਜੇਲ੍ਹ ਪ੍ਰਸ਼ਾਸਨ ਦਾ। ਪਰ ਇਸ ਵੇਲੇ ਖਬਰਾਂ ਜਿਹੜੀਆਂ ਮੀਡੀਆ ਦੇ ਵਿੱਚ ਹੋਰ ਵੀ ਆ ਰਹੀਆਂ ਕਿ ਕੈਦੀਆਂ ਦੇ ਦੋ ਗਰੁੱਪਾਂ ਦੇ ਵਿੱਚ, ਦੋ ਗੁੱਟਾਂ ਦੇ ਵਿੱਚ ਆਪਸੀ ਜਿਹੜੀ ਹੈ ਝੜਪ ਹੋਈ ਹੈ। ਇਹ ਝੜਪ ਇੰਨੀ ਖੂਨੀ ਸੀ ਕਿ ਜਿਹਦੇ ਵਿੱਚ ਦੋ ਕੈਦੀ ਜਿਹੜੇ ਆ ਉਹ ਮਾਰੇ ਗਏ ਨੇ। ਪਰ ਇੱਥੇ ਸਵਾਲ ਨਾਲੋਂ ਨਾਲ ਜਿਹੜਾ ਪਹਿਲਾਂ ਵਾਲਾ ਸਵਾਲ ਜਿਹੜਾ ਮੈਂ ਦੁਬਾਰਾ ਰਿਪੀਟ ਕਰ ਦੇਵਾਂ ਕਿ ਗੋਲੀਆਂ ਦੇ ਨਾਲ ਜਿਹੜੇ ਦੋ ਕੈਦੀਆਂ ਦੀ ਮੌਤ ਹੋਈ ਹੈ, ਤੀਸਰਾ ਜ਼ਖਮੀ ਹੋ ਗਿਆ। ਜੇਕਰ ਜਿਹੜੀ ਜੇਲ੍ਹ ਦੇ ਵਿੱਚ ਕੈਦੀਆਂ ਦੇ ਕੋਲ ਪਿਸਤੌਲ ਸੀ, ਉਹ ਆਪਸ ਦੇ ਵਿੱਚ ਲੜੇ ਆ, ਤਾਂ ਉਹ ਪਿਸਤੌਲ ਉੱਥੇ ਕਿਵੇਂ ਪਹੁੰਚਿਆ? ਜੇਕਰ ਪੁਲਿਸ ਨੇ ਜਿਹੜੀ ਉਹਨਾਂ 'ਤੇ ਗੋਲੀ ਚਲਾਈ ਹੈ ਕੈਦੀਆਂ 'ਤੇ, ਤਾਂ ਫਿਰ ਇੰਨੀ ਨੌਬਤ ਕਿਉਂ ਆ ਗਈ ਕਿ ਆਪਣੀ ਹੀ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਨੇ ਉਹਨਾਂ ਦੇ ਉੱਤੇ ਗੋਲੀ ਚਲਾਉਣੀ ਪਈ? ਇਸ ਵੀਡੀਓ ਦੇ ਵਿੱਚ ਲਗਭਗ 100-200 ਜਿਹੜਾ ਕੈਦੀ ਹੈਗਾ ਉਹ ਬਾਗੀ ਹੋਇਆ ਘੁੰਮ ਰਿਹਾ ਜਿਹੜਾ ਜੇਲ੍ਹ ਦੇ ਵਿੱਚ। ਆਮ ਤੌਰ ਦੇ ਉੱਤੇ ਇਹ ਦੋਸ਼ ਲਾਇਆ ਜਾਂਦਾ, ਜੇ ਮਿੰਟੂ ਗੁਰਸਰੀਆ ਜੋ ਉੱਕੇ ਪੱਤਰਕਾਰ ਨੇ ਉਹਨਾਂ ਨੇ ਜਿਹੜਾ ਦੋਸ਼ ਜਾਂ ਆਪਾਂ ਕਹਿ ਲੈਂਦੇ ਜੋ ਜੇਲ੍ਹ ਦੇ ਅੰਦਰ ਦੀ ਗੱਲਬਾਤ ਦੱਸੀ ਹੈ, ਉਹਨਾਂ ਨੇ ਕਿਹਾ ਕਿ ਮੈਂ ਖੁਦ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਜਿੱਥੇ ਟ੍ਰੀਟਮੈਂਟ ਨਹੀਂ ਕੀਤੀ ਜਾਂਦੀ ਕੈਦੀਆਂ ਦੀ। ਇੱਕ ਇੱਕ ਗੋਲੀ ਲੈਣ ਵਾਸਤੇ, ਕੋਈ ਦਰਦ ਦੀ ਗੋਲੀ ਲੈਣ ਵਾਸਤੇ ਹੀ ਜਾਂ ਇੱਕ ਇੰਜੈਕਸ਼ਨ ਲੈਣ ਵਾਸਤੇ ਹੀ ਸਾਨੂੰ ਦੋ ਦੋ ਤਿੰਨ ਤਿੰਨ ਦਿਨ ਜਿਹੜੇ ਆ ਡਾਕਟਰਾਂ ਦੇ ਤਰਲੇ ਮਾਰਨੇ ਪੈਂਦੇ ਨੇ। ਅਤੇ ਉਹਨਾਂ ਨੇ 2001 ਦਾ ਹਾਲ ਜੋ ਦੱਸਿਆ ਕਿ 2001 ਦੇ ਵਿੱਚ ਜਦੋਂ ਉਹ ਜੇਲ੍ਹ ਦੇ ਵਿੱਚ ਸੀ ਅਤੇ ਨਿਤ ਦਿਨ ਇੱਕ ਜਿਹੜੀ ਮੌਤ ਉੱਥੇ ਕੈਦੀ ਦੀ ਹੁੰਦੀ ਰਹੀ ਹੈ ਜਿਹਦਾ ਇਲਾਜ ਨਹੀਂ ਸੀ ਹੁੰਦਾ। ਇੱਕ ਵਾਰ ਫਿਰ ਉਹੀ ਗੱਲ, ਜੇ ਆਪਾਂ ਕਹੀਏ ਕਿ ਅੱਜ 2019 ਆ ਚੁੱਕਿਆ, ਸਰਕਾਰਾਂ ਬਦਲ ਚੁੱਕੀਆਂ ਨੇ 2001 ਦੇ ਨਾਲੋਂ, ਅੱਜ 2019 ਹੈ, ਸਰਕਾਰਾਂ ਬਹੁਤ ਵਾਰ ਬਦਲ ਚੁੱਕੀਆਂ ਪਰ ਜੇਲ੍ਹ ਦਾ ਪ੍ਰਸ਼ਾਸਨ ਜਾਂ ਕਹੀਏ ਸਿਸਟਮ ਜਿਹੜਾ ਹੁੰਦਾ ਜੇਲ੍ਹਾਂ ਦੇ ਅੰਦਰ ਦਾ ਅੱਜ ਤੱਕ ਵੀ ਨਹੀਂ ਸੁਧਰਿਆ, ਇਹ ਆਪਾਂ ਕਹਿ ਸਕਦੇ ਹਾਂ ਸਾਫ਼ ਤੌਰ ਦੇ ਉੱਤੇ। ਅੱਜ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਦੋ ਕੈਦੀਆਂ ਦੇ ਗੁੱਟਾਂ ਦੀ ਆਪਸ ਦੇ ਵਿੱਚ ਜਿਹੜੀ ਹੈ ਝੜਪ ਹੋਈ ਹੈ, ਪਰ ਵਿੱਚੋਂ ਜਿਹੜੀਆਂ ਗੱਲਾਂ ਨਿਕਲ ਕੇ ਆ ਰਹੀਆਂ, ਬੀਤੀ ਰਾਤ ਇੱਕ ਕੈਦੀ ਜਿਸਦਾ ਨਾਮ ਸੀ ਸਨੀ, ਉਸਦੀ ਮੌਤ ਹੋ ਜਾਂਦੀ ਹੈ ਕਿਉਂਕਿ ਉਹਦਾ ਇਲਾਜ ਨਹੀਂ ਹੋਇਆ ਚੰਗੀ ਤਰ੍ਹਾਂ। ਉਸ ਤੋਂ ਬਾਅਦ ਕੈਦੀ ਭੜਕ ਜਾਂਦੇ ਨੇ, ਕੈਦੀ ਭੜਕ ਕੇ ਅਤੇ ਪੰਜਾਬ ਪੁਲਿਸ ਜਾਂ ਕਹੀਏ ਕਿ ਜੇਲ੍ਹ ਪ੍ਰਸ਼ਾਸਨ ਜਿਹੜਾ ਹੈਗਾ ਉਹਦੇ ਵਿਰੁੱਧ ਜਿਹੜਾ ਬਾਗੀ ਹੋ ਜਾਂਦੇ ਨੇ, ਆਪਸ ਦੇ ਵਿੱਚ ਝੜਪਾਂ ਹੁੰਦੀਆਂ ਨੇ, ਉਸ ਤੋਂ ਬਾਅਦ ਕੈਦੀ ਵੀ ਜ਼ਖਮੀ ਹੁੰਦੇ ਨੇ ਵੱਡੀ ਗਿਣਤੀ ਦੇ ਵਿੱਚ। 2 ਦਰਜ਼ਨ ਕੈਦੀ ਦੱਸਿਆ ਜਾ ਰਿਹਾ ਜ਼ਖਮੀ ਹੋ ਗਏ, ਪੰਜਾਬ ਪੁਲਿਸ ਦੇ ਜਵਾਨ ਜ਼ਖਮੀ ਹੁੰਦੇ ਨੇ ਜਿਹਦੇ ਵਿੱਚੋਂ ASP ਅਤੇ ਹੋਰ ਜਿਹੜੇ ਉੱਥੇ ਅੰਦਰ ਜਿਹੜੇ ਜੇਲ੍ਹ ਅਧਿਕਾਰੀ ਹੁੰਦੇ ਨੇ ਉਹ ਜ਼ਖਮੀ ਹੋਏ ਨੇ। ਇਹ ਵੀਡੀਓ ਦੇ ਵਿੱਚ ਇੱਕ ਖਾਸ ਗੱਲ ਹੋਰ ਵੇਖਣ ਨੂੰ ਮਿਲਦੀ ਹੈ ਕਿ ਜਦੋਂ ਵੀਡੀਓ ਬਣ ਰਹੀ ਹੈ ਉਹਦੇ ਵਿੱਚ ਇੱਕ ਆਮ ਜੇ ਆਪਾਂ ਕਹੀਏ ਦੂਰੋਂ ਦੇਖਣ ਨੂੰ ਮਿਲ ਰਿਹਾ ਕਿ ਕੋਈ ਪੁਲਿਸ ਵਾਲਾ ਜਿਹੜਾ ਜਾਂ ਫਿਰ ਕੋਈ ਹੋਰ ਸ਼ਖਸ ਉਹਦੇ ਵਿੱਚ ਗੋਲੀ ਚਲਾਉਂਦਾ ਨਜ਼ਰ ਆ ਰਿਹਾ। ਸੋ ਸਵਾਲਾਂ ਦੇ ਘੇਰੇ ਦੇ ਵਿੱਚ ਇਸ ਵੇਲੇ ਪੰਜਾਬ ਦੀ ਪੂਰੀ ਪੁਲਿਸ ਹੈ, ਉਹ ਜੇਲ੍ਹ ਪ੍ਰਸ਼ਾਸਨ ਹੈ, ਜਾਂ ਫਿਰ ਜੇਲ੍ਹ ਮੰਤਰੀ ਦੀ ਆਪਾਂ ਗੱਲ ਕਰ ਲਈਏ ਸੁਖੀ ਰੰਧਾਵਾ, ਉਹ ਵੀ ਜੇਲ੍ਹ ਦੇ ਵਿੱਚ ਜੇ ਕਹਿ ਰਹੇ ਨੇ ਕਿ ਮੈਨੂੰ ਇਹਦੇ ਬਾਰੇ ਕੁਛ ਨਹੀਂ ਪਤਾ ਹੋਇਆ ਕੀ ਹੈ। ਸੋ ਇੱਕ ਇਹ ਸਵਾਲੀਆ ਚਿੰਨ ਇਹਦੇ ਉੱਤੇ ਵੀ ਇੱਕ ਅੱਜ ਖੜਾ ਹੋ ਜਾਂਦਾ ਕਿ ਜੇਲ੍ਹ ਮੰਤਰੀ ਹੋਵੇ ਉਹਨਾਂ ਨੂੰ ਇਹ ਗੱਲ ਦਾ ਨਾ ਪਤਾ ਹੋਵੇ ਕਿ ਹੋਇਆ ਕੀ ਹੈ ਲੁਧਿਆਣਾ ਜੇਲ੍ਹ ਦੇ ਵਿੱਚ। ਪਿਛਲੇ ਦਿਨ ਵੀ ਘਟਨਾਵਾਂ ਜਿਹੜੀਆਂ ਜੇਲ੍ਹਾਂ ਦੇ ਵਿੱਚ ਵਾਪਰਦੀਆਂ ਰਹੀਆਂ, ਬਾਹਰ ਵਾਪਰ ਰਹੀਆਂ ਨੇ, ਕਤਲ ਹੋ ਰਹੇ ਨੇ ਆਏ ਦਿਨ ਜਿਹੜੇ ਪੰਜਾਬ ਦੇ ਵਿੱਚ, ਸਿਸਟਮ ਫੇਲ ਹੋ ਚੁੱਕਿਆ ਸ਼ਾਇਦ ਆਪਾਂ ਇਹ ਕਹਿ ਸਕਦੇ ਹਾਂ ਪੰਜਾਬ ਪੁਲਿਸ ਦੇ ਵੱਸ ਦੀ ਗੱਲ ਨਹੀਂ ਜੇ ਆਪਾਂ ਸਿੱਧੇ ਲਫ਼ਜ਼ਾਂ ਦੇ ਵਿੱਚ ਇਹ ਕਹੀਏ, ਕਿਉਂਕਿ ਬਾਹਰ ਵੀ ਪੰਜਾਬ ਪੁਲਿਸ ਹੀ ਕੰਟਰੋਲ ਕਰਦੀ ਹੈ ਅਤੇ ਜੇਲ੍ਹਾਂ ਦੇ ਅੰਦਰ ਵੀ ਜਿਹੜਾ ਜੇਲ੍ਹ ਪ੍ਰਸ਼ਾਸਨ ਪੰਜਾਬ ਪੁਲਿਸ ਹੀ ਕੰਟਰੋਲ ਕਰਦੀ ਹੈ। ਅਤੇ ਐਸੀਆਂ ਘਟਨਾਵਾਂ ਜੇ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ, ਲੱਖਾਂ ਸਿਧਾਣਾ ਵੱਲੋਂ ਐਸੇ ਜਿਹੜੇ ਖੁਲਾਸੇ ਵੀ ਕੀਤੇ ਗਏ
कि अंदर नशे किवें वेचते हैं, नशियां की वड्डी तादाद किवें अंदर वेचदी है, किवें वह वेचे जाते हैं। 500 रुपये की एक जरदे की पुड़ी की उसने गल की सी, उस तो बाद सरिंजां की गल की सी जिहदे नाल जिहड़े एड्स तक हो गई उत्थे मरीजां नूं, जिहड़े अंदर कैदी मरीज ने। सो इसका सारा जिहड़ा हिसाब किताब बनिया होया शायद यही वजह रही होगी कि कैदी जिहड़े आ उह बागी हो गए। आओ दुबारा तुहाडे नाल इक वारी सांझी करदे हां वह वीडियो क्लिप जो लुधियाणा जेल तो चल के आ रही है। इस वेले सोशल मीडिया के उत्ते हड़कंप मचिया होया, पंजाब जिहड़ी सरकार है जां पंजाब पुलिस है उहदी हेठी होई होई है। देखते हैं यह वीडियो क्लिप एक बार दोबारा जी।
ਪੱਗ ਲਾ ਲਿਆ ਧਾਲੀ ਆਲੂ ਦੇਖੋ ਚਲਾ ਰਹੇ ਪਏ ਬੰਦੇ ਦੇ ਦੋ ਬੰਦੇ ਦੇ ਗੋਲੀਆਂ ਵੀ ਮਾਰੀ ਜਾਣੇ ਜੇਲ ਦੇ ਵਿਚ ਲਾਈਵ ਹੋ ਰਹੇ ਕਿੱਦਾਂ ਸਾਡੇ ਮੁੰਡੇ ਮਾਰੇ ਨੇ ਦੋ ਗੋਲੀਆਂ ਮਾਰ ਕੇ ਬੰਦੇ ਮਾਰਦੇ ਸਿੱਧੀਆਂ ਗੋਲੀਆਂ ਗੋਲੀ ਵੱਜੀ ਹੋਈ ਆ ਗੋਲੀਆਂ ਚਲਾ ਆਹ ਦੇਖੋ ਬੰਦਾ ਸਾਡਾ ਪੁੱਤਾ ਜ਼ਖਮੀ ਕਰਤਾ ਗੋਲੀਆਂ ਮਾਰ ਮਾਰ ਕੇ ਪ੍ਰਸ਼ਾਸਨ ਆ ਜੇ ਸੋ ਤਾਜ਼ਾ ਹਾਲਾਤ ਜੋ ਹੈਗੇ ਇਸ ਵੇਲੇ ਲੁਧਿਆਣੇ ਦੇ ਤੁਸੀਂ ਅਕਾਲ ਚੈਨਲ ਦੇ ਜ਼ਰੀਏ ਵੇਖ ਰਹੇ ਹੋ ਬਠਿੰਡੇ ਤੋਂ ਅੰਮ੍ਰਿਤਸਰ ਲੁਧਿਆਣੇ ਤੋਂ CRPF ਲਿਆ ਕੇ ਲੁਧਿਆਣੇ ਦੇ ਵਿੱਚ ਜਿਹੜੀ ਹੈ ਤੈਨਾਤ ਕਰ ਦਿੱਤੀ ਗਈ ਹੈ ਹਾਲਾਤ ਜਿਹੜੇ ਨੇ ਉਹ ਤਣਾਅਪੂਰਨ ਬਣੇ ਹੋਏ ਨੇ ਇਸ ਵੇਲੇ ਦੇਖਿਆ ਜਾਵੇ ਇਹ ਵੀਡੀਓ ਦੇ ਵਿੱਚ ਵੀ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਕੈਦੀ ਹੈ ਜੋ ਇੱਕ ਧਾਲੀਵਾਲ ਨਾਮ ਲੈ ਕੇ ਉਹ ਪੁਕਾਰ ਰਹੇ ਨੇ ਉਹ ਕੌਣ ਨੇ ਕਿਹੜੇ ਪੁਲਿਸ ਅਫਸਰ ਨੇ ਜਾਂ ਫਿਰ ਕੋਈ ਕੈਦੀ ਹੈ ਜਿਹਦਾ ਨਾਮ ਲਿਆ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲਾਂ ਸਾਫ਼ ਹੋਣਗੀਆਂ ਜਿਸ ਤਰ੍ਹਾਂ ਜੇਲ੍ਹ ਮੰਤਰੀ ਜਾਂ ਫਿਰ ਜੇਲ੍ਹ ਪ੍ਰਸ਼ਾਸਨ ਜਦੋਂ ਮੀਡੀਆ ਸਾਹਮਣੇ ਆ ਕੇ ਅਸਲ ਗੱਲ ਕੀ ਹੋਈ ਹੈ ਉਹਦੇ ਬਾਰੇ ਜਿਹੜਾ ਚਾਨਣਾ ਪਾਏਗਾ ਕਿਉਂਕਿ ਜਨਤਾ ਇਸ ਵੇਲੇ ਸਵਾਲ ਪੁੱਛ ਰਹੀ ਹੈ ਕਿ ਵਾਕਿਆ ਹੀ ਜੇ ਐਸੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੋਣੀਆਂ ਜੋ ਪਿਛਲੇ ਸਮਿਆਂ ਦੇ ਵਿੱਚ ਅਸੀਂ ਬਾਲੀਵੁੱਡ ਫਿਲਮਾਂ ਦੇ ਵਿੱਚ ਦੇਖਦੇ ਹੁੰਦੇ ਸੀ ਆਖਿਰ ਮੁੰਬਈ ਦੇ ਅੰਡਰਵਰਲਡ ਦੀਆਂ ਜਦੋਂ ਗੱਲਾਂ ਹੁੰਦੀਆਂ ਸੀ ਤਾਂ ਇਹੋ ਜਿਹੇ ਹਾਲਾਤ ਉੱਥੇ ਵੇਖਣ ਨੂੰ ਮਿਲਦੇ ਸੀ ਅੱਜ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਇਹ ਹਾਲਾਤ ਨੇ ਲੁਧਿਆਣਾ ਜੇਲ੍ਹ ਦੇ ਵਿੱਚ ਦੱਸਿਆ ਜਾਂਦਾ ਇੱਕ ਵੱਡੀ ਤਾਦਾਦ ਦੇ ਵਿੱਚ ਜਿਹੜੇ ਕੈਦੀ ਅੰਦਰ ਡੱਕੇ ਹੋਏ ਨੇ ਜੇਲ੍ਹਾਂ ਦੇ ਵਿੱਚ ਬਹੁਤ ਸਾਰੇ ਕੈਦੀ ਨੇ ਹਜ਼ਾਰਾਂ ਦੀ ਗਿਣਤੀ ਹੈਗੀ ਹੈ ਉਹਨਾਂ ਦੀ ਅਤੇ ਉਹਨਾਂ ਦਾ ਇਲਾਜ ਟ੍ਰੀਟਮੈਂਟ ਜਿਹੜੀਆਂ ਵਾਰ ਵਾਰ ਗੱਲਾਂ ਸਾਹਮਣੇ ਆ ਰਹੀਆਂ ਨੇ ਜੇ ਹੁਣ ਮੈਂ ਜੇ ਫੇਸਬੁੱਕ ਦੇ ਉੱਤੇ ਜਿਹੜੀਆਂ ਪੋਸਟਾਂ ਦੀ ਵੀ ਗੱਲ ਕਰਾਂ ਪੰਜਾਬ ਦੇ ਪੱਤਰਕਾਰ ਉਹ ਬਹੁਤ ਕੁਛ ਇਸ ਬਾਰੇ ਲਿਖ ਰਹੇ ਨੇ ਕਿ ਪ੍ਰਸ਼ਾਸਨ ਵੱਲੋਂ ਕੈਦੀਆਂ ਨੂੰ ਜਿਹੜੀਆਂ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਜਾਂਦੀਆਂ ਜਿਹਦੇ ਕਰਕੇ ਕੈਦੀ ਜਿਹੜੇ ਉਹ ਵਾਰ ਵਾਰ ਬਾਗੀ ਹੁੰਦੇ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਕੈਦੀ ਐਸੇ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਇਲਾਜ ਕਰਕੇ ਕਿਉਂਕਿ ਇੱਕ ਗੋਲੀ ਤੱਕ ਜੇ ਕਹੀਏ ਡਾਕਟਰ ਉੱਥੇ ਤੁਹਾਨੂੰ ਨਹੀਂ ਦਿੰਦਾ ਜਿੰਨੀ ਦੇਰ ਤਰਲੇ ਨਹੀਂ ਮਾਰੇ ਜਾਂਦੇ ਰੱਜ ਕੇ ਜਾਂ ਫਿਰ ਜਿਹੜੇ ਅਮੀਰ ਘਰਾਣੇ ਦੇ ਨਾਲ ਸੰਬੰਧਿਤ ਕੈਦੀ ਨੇ ਜਾਂ ਜਿਨ੍ਹਾਂ ਦੀ ਸਰਕਾਰੀ ਦਰਬਾਰੇ ਚੱਲਦੀ ਹੁੰਦੀ ਹੈ ਉਹਨਾਂ ਦਾ ਇਲਾਜ ਹੋ ਜਾਂਦਾ ਪਰ ਆਮ ਤਬਕੇ ਦੇ ਜਾਂ ਗਰੀਬ ਜਿਹੜੇ ਹੈਗੇ ਨੇ ਕੈਦੀ ਉਹਨਾਂ ਦੀਆਂ ਜਿਹੜੀਆਂ ਗੱਲਾਂ ਉਹਨਾਂ ਦਾ ਇਲਾਜ ਨਹੀਂ ਹੁੰਦਾ ਅਖੀਰ ਮੌਤ ਹੋ ਜਾਂਦੀ ਹੈ ਅਤੇ ਫਿਰ ਕੈਦੀ ਭੜਕਦੇ ਨੇ ਜਿਵੇਂ ਇਸ ਵਾਰ ਹੋਇਆ ਤੁਸੀਂ ਦੇਖਿਆ ਸਾਰਾ ਦਿਨ ਅੱਜ ਇਹ ਜਿਹੜੀਆਂ ਖਬਰਾਂ ਨੇ ਮੇਨ ਸਟ੍ਰੀਮ ਦੇ ਉੱਤੇ ਚੱਲ ਰਹੀਆਂ ਲੁਧਿਆਣੇ ਦੇ ਵਿੱਚ ਜੋ ਇਸ ਵੇਲੇ ਕਲੈਸ਼ ਹੋਇਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੋਈ ਅਪਡੇਟ ਜਿਹੜੀ ਹੋਏਗੀ ਸਾਡੇ ਕੋਲ ਲੁਧਿਆਣਾ ਕਲੈਸ਼ ਬਾਰੇ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਹੁਣ ਤੱਕ ਲਈ ਬਸ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ